ਹਜ਼ਾਰ ਜੋ ਅਧਿਆਪਕ ਨੇ ਉਹਨਾਂ ਦੀ ਨੌਕਰੀ ਜਾਣ ਦੇ ਜਿਹੜੇ ਚਾਂਸ ਬਣ ਚੁੱਕੇ ਨੇ, ਯਾਨੀ ਕਿ ਨੌਕਰੀ ਦੇ ਉੱਪਰ ਤਲਵਾਰ ਲਟਕ ਰਹੀ ਆ। ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇੱਕ ਪਾਸੇ ਚੋਣਾਂ ਦਾ ਮਾਹੌਲ ਹੈ, ਵਾਅਦੇ ਕੀਤੇ ਜਾ ਰਹੇ ਨੇ, ਨੌਕਰੀਆਂ ਦੇ ਵਾਅਦੇ ਕੀਤੇ ਜਾ ਰਹੇ ਨੇ, ਅਤੇ ਦੂਜੇ ਪਾਸੇ ਹਾਈ ਕੋਰਟ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਅਤੇ 26,000 ਜੋ ਅਧਿਆਪਕ ਨੇ ਉਹਨਾਂ ਦੀ ਨੌਕਰੀ ਦੇ ਉੱਪਰ ਤਲਵਾਰ ਲਟਕ ਚੁੱਕੀ ਆ। ਉੱਥੇ ਹੀ ਜੋ ਤਨਖਾਹ ਉਹਨਾਂ ਦੇ ਵੱਲੋਂ ਲਈ ਗਈ ਸੀ ਉਹ ਵੀ ਵਾਪਸ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ, ਅਤੇ ਕੁਝ ਅਧਿਆਪਕਾਂ ਨੂੰ ਤਾਂ ਵਿਆਜ ਵੀ ਦੇਣ ਦੇ ਹੁਕਮ ਹੋਏ ਨੇ। ਤਾਂ ਇਸ ਸਮੇਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ, ਦੱਸਦੇ ਕਿ 26,000 ਅਧਿਆਪਕ ਨੇ ਜਿਨ੍ਹਾਂ ਦੀ ਨੌਕਰੀ ਦੇ ਉੱਪਰ ਤਲਵਾਰ ਲਟਕ ਰਹੀ ਆ, ਉੱਥੇ ਹੀ ਕੁਝ ਅਧਿਆਪਕਾਂ ਨੂੰ ਜੋ ਵਿਆਜ ਆ ਉਹ ਵੀ ਦੇਣ ਦੇ ਹੁਕਮ ਦਿੱਤੇ ਗਏ ਨੇ। ਅਤੇ 8 ਸਾਲ ਦੀ ਜੋ ਸੈਲਰੀ ਆ, ਯਾਨੀ ਕਿ 8 ਸਾਲ ਇਹਨਾਂ ਅਧਿਆਪਕਾਂ ਦੇ ਵੱਲੋਂ ਜੋ ਤਨਖਾਹ ਲਈ ਗਈ ਆ ਉਸ ਨੂੰ ਵਾਪਸ ਕਰਨ ਦੇ ਹੁਕਮ ਦਿੱਤੇ ਗਏ ਨੇ। ਤਾਂ ਦੱਸ ਦਈਏ ਕਿ ਹਾਈ ਕੋਰਟ ਦੇ ਵਿੱਚ ਮਾਮਲਾ ਸੀ, ਸੁਣਵਾਈ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਕਿ ਜੋ ਅਧਿਆਪਕਾਂ ਦੀ ਭਰਤੀ ਕੀਤੀ ਗਈ ਸੀ ਉਹ ਸਰਾਸਰ ਗਲਤ ਹੋਈ ਹੈ, ਇਸ ਦੇ ਵਿੱਚ ਘਪਲੇਬਾਜ਼ੀ ਹੋਈ ਆ, ਅਤੇ ਇਸੇ ਦੇ ਚੱਲਦਿਆਂ 26,000 ਜੋ ਅਧਿਆਪਕ ਨੇ ਉਹਨਾਂ ਦੀ ਨੌਕਰੀ ਖਤਰੇ ਦੇ ਵਿੱਚ ਆ ਚੁੱਕੀ ਆ। ਹਾਈ ਕੋਰਟ ਦੇ ਵੱਲੋਂ ਨੌਕਰੀ ਛੱਡਣ ਦੇ ਜਿਹੜੇ ਆਦੇਸ਼ ਹੋਏ ਨੇ, ਉੱਥੇ ਹੀ 8 ਸਾਲ ਦੀ ਜੋ ਤਨਖਾਹ ਉਹਨਾਂ ਦੇ ਵੱਲੋਂ ਲਈ ਗਈ ਆ ਉਹ ਵਾਪਸ ਕਰਨ ਦੇ ਵੀ ਹੁਕਮ ਸੁਣਾਏ ਗਏ ਨੇ। ਅਤੇ ਇਸ ਦੇ ਨਾਲ ਨਾਲ ਕੁਝ ਅਧਿਆਪਕਾਂ ਨੂੰ ਤਾਂ ਵਿਆਜ ਸਮੇਤ ਜਿਹੜੀ ਤਨਖਾਹ ਉਹ ਵਾਪਸ ਕਰਨ ਦੇ ਹੁਕਮ ਹੋਏ ਨੇ। ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ, ਚੋਣਾਂ ਦੇ ਮਾਹੌਲ ਦੇ ਵਿਚਕਾਰ ਹਾਈ ਕੋਰਟ ਦੇ ਵੱਲੋਂ ਇਹ ਵੱਡਾ ਫੈਸਲਾ ਸੁਣਾਇਆ ਗਿਆ। ਦੱਸ ਦਈਏ ਕਿ 2016 ਦੇ ਵਿੱਚ ਅਧਿਆਪਕਾਂ ਦੀ ਇਹ ਭਰਤੀ ਹੋਈ ਸੀ ਅਤੇ ਇਸੇ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ ਸੀ ਅਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ। ਦੱਸ ਦਈਏ ਕਿ ਮਾਮਲਾ ਪੱਛਮੀ ਬੰਗਾਲ ਤੋਂ ਸਾਹਮਣੇ ਆਇਆ, ਜਿੱਥੇ ਹਾਈ ਕੋਰਟ ਦੇ ਵੱਲੋਂ ਮਮਤਾ ਬੈਨਰਜੀ ਦੀ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਗਿਆ। ਉੱਥੇ ਹੀ ਮਮਤਾ ਬੈਨਰਜੀ ਦੇ ਵੱਲੋਂ ਵੀ ਇੱਕ ਬਿਆਨ ਸਾਹਮਣੇ ਆਇਆ, ਉਹਨਾਂ ਕਿਹਾ ਕਿ ਅਸੀਂ ਇਸ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇਵਾਂਗੇ। ਤਾਂ ਇੱਕ ਪਾਸੇ ਹਾਈ ਕੋਰਟ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ, 26,000 ਅਧਿਆਪਕਾਂ ਦੀ ਭਰਤੀ ਨੂੰ ਜੋ ਘਪਲੇਬਾਜ਼ੀ ਦੱਸਿਆ ਗਿਆ ਵਾ ਕਿ ਗਲਤ ਤਰੀਕੇ ਦੇ ਨਾਲ ਭਰਤੀ ਕੀਤੀ ਗਈ, ਇਹ ਵੀ ਕਿਹਾ ਗਿਆ ਕਿ ਜਿਨ੍ਹਾਂ ਲੋਕਾਂ ਦਾ ਮੈਰਿਟ ਦੇ ਵਿੱਚ ਨਾਮ ਨਹੀਂ ਸੀ ਉਹਨਾਂ ਨੂੰ ਵੀ ਨੌਕਰੀ ਦੇ ਦਿੱਤੀ ਗਈ, ਅਤੇ ਇਸ ਦੇ ਨਾਲ ਨਾਲ ਜਿਨ੍ਹਾਂ ਨੇ ਆਪਣੀ ਆਨਸਰ ਸ਼ੀਟ ਖਾਲੀ ਛੱਡੀ ਸੀ ਉਹ ਵੀ ਇਸ ਦੇ ਵਿੱਚ ਅਧਿਆਪਕ ਬਣ ਚੁੱਕੇ ਨੇ। ਤਾਂ ਘਪਲੇਬਾਜ਼ੀ ਦੇ ਦੋਸ਼ ਲੱਗਿਆ, ਕਿਹਾ ਗਿਆ ਕਿ 5 ਤੋਂ ਲੈ ਕੇ 15 ਲੱਖ ਰੁਪਏ ਤੱਕ ਦੀ ਜਿਹੜੀ ਅਧਿਆਪਕਾਂ ਦੇ ਵੱਲੋਂ ਰਿਸ਼ਵਤ ਦਿੱਤੀ ਗਈ ਸੀ, ਅਤੇ ਇਸੇ ਨੂੰ ਲੈ ਕੇ ਵਿਵਾਦ ਜਿਹੜਾ ਸਾਹਮਣੇ ਆਇਆ ਸੀ। ਅਤੇ ਹੁਣ ਹਾਈ ਕੋਰਟ ਦੇ ਵੱਲੋਂ 26,000 ਅਧਿਆਪਕਾਂ ਦੀ ਨੌਕਰੀ ਦੇ ਉੱਪਰ ਜੋ ਫੈਸਲਾ ਸੁਣਾਇਆ ਗਿਆ, ਉੱਥੇ ਹੀ 8 ਸਾਲ ਦੀ ਤਨਖਾਹ ਹੈ ਜੋ ਵੀ ਵਾਪਸ ਕਰਨ ਦੇ ਹੁਕਮ ਦਿੱਤੇ ਗਏ ਨੇ। ਤਾਂ 2016 ਦੇ ਵਿੱਚ ਇਹ ਭਰਤੀ ਹੋਈ ਸੀ, ਉਸ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ ਸੀ, ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਸੀ, ਅਤੇ ਹੁਣ ਹਾਈ ਕੋਰਟ ਦੇ ਵੱਲੋਂ ਇਹ ਵੱਡਾ ਫੈਸਲਾ ਸੁਣਾਇਆ ਗਿਆ ਅਤੇ ਕਿਹਾ ਗਿਆ ਕਿ ਇਸ ਭਰਤੀ ਦੇ ਵਿੱਚ ਘਪਲੇਬਾਜ਼ੀ ਹੋਈ ਹੈ, ਇਸੇ ਦੇ ਚੱਲਦਿਆਂ 26,000 ਅਧਿਆਪਕਾਂ ਦੀ ਨੌਕਰੀ ਦੇ ਉੱਪਰ ਤਲਵਾਰ ਲਟਕ ਗਈ ਹੈ। ਉੱਥੇ ਹੀ ਮਮਤਾ ਬੈਨਰਜੀ ਸਰਕਾਰ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਜਾਣਗੇ, ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੇ ਵੱਲੋਂ ਚੁਣੌਤੀ ਹੈ ਜਿਹੜੀ ਉਹ ਇਸ ਫੈਸਲੇ ਨੂੰ ਦਿੱਤੀ ਜਾਏਗੀ। ਤਾਂ ਵੱਡੀ ਖਬਰ ਹੈ, ਦੱਸ ਦਈਏ ਕਿ ਕੋਰਟ ਦੇ ਵੱਲੋਂ ਕਿਹਾ ਗਿਆ ਕਿ 24,640 ਲੋਕਾਂ ਤੋਂ ਇਲਾਵਾ ਜਿੰਨੇ ਵੀ ਇਸ ਦੇ ਵਿੱਚ ਭਰਤੀ ਹੋਏ ਨੇ ਉਹਨਾਂ ਨੂੰ ਵਿਆਜ ਆ ਜਿਹੜਾ ਉਹ ਦੇਣਾ ਪਏਗਾ 12% ਵਿਆਜ ਦੇ ਨਾਲ, ਤਨਖਾਹ 8 ਸਾਲਾਂ ਦੀ ਵਾਪਸ ਕਰਨੀ ਪਏਗੀ। ਉੱਥੇ ਇਹ ਵੀ ਕਿਹਾ ਗਿਆ ਕਿ 5 ਤੋਂ ਲੈ ਕੇ 15 ਲੱਖ ਰੁਪਏ ਤੱਕ ਦੀ ਰਿਸ਼ਵਤ ਆ ਜਿਹੜੀ ਇਸ ਨੌਕਰੀ ਨੂੰ ਪ੍ਰਾਪਤ ਕਰਨ ਦੇ ਲਈ ਦਿੱਤੀ ਗਈ ਸੀ। ਉੱਥੇ ਹੀ CBI ਨੂੰ ਵੀ ਆਦੇਸ਼ ਦਿੱਤੇ ਗਏ ਨੇ ਕਿ CBI ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਜਾਂਚ ਕਰਨ ਤੋਂ ਬਾਅਦ ਰਿਪੋਰਟ ਹਾਈ ਕੋਰਟ ਦੇ ਵਿੱਚ ਸਬਮਿਟ ਕਰਵਾਈ ਜਾਵੇ। ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ 26,000 ਅਧਿਆਪਕਾਂ ਦੀ ਨੌਕਰੀ ਦੇ ਉੱਪਰ ਤਲਵਾਰ ਲਟਕ ਰਹੀ ਆ। ਉੱਥੇ ਹੀ ਕਈ ਅਧਿਆਪਕਾਂ ਨੂੰ ਸੈਲਰੀ ਹੈ ਜਿਹੜੀ ਉਹ ਵਾਪਸ ਆਪਣੇ ਵਿਆਜ ਦੇ ਨਾਲ ਕਰਨੀ ਪਏਗੀ।